सतगुर की। जिसनु मत आवे सो सतगुर माहि समाना, एह बाणी जो जियों जाने तिसे अंतर रवे हर नाम बाणी गुरु गुरु बाणी अमृत सारे गुर बाणी कहे सेवक जन मान पर तख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए मलार महला चौथा पड़ताल करती जम एक ओंकार सतगुर प्रसाद हर जन बोलत श्री राम नाम मिल साध संगत हर तो रहाओ हर तन बन जो हर तन संचो जिस लागत है नहीं चोर चात्रक मोर बोलत दिन राती सुन कन हर की को जो बोलत है मृग मीन पंखेरू सो बिन हर जापत है नहीं हो नानक जन हर कीरत गाई छूट गयो
जम का सब शोर नानक जन हर कीरत गाई छूट गयो जम का सब शोर। वाहिगुरु जी का खालसा, वाहिगुरु जी की फतेह। ये पावन शब्द जो 1265 अंक ते दर्ज है, भाई गुरलाल सिंह जी करनाल वाले इस शब्द की विचार आप जी नूं सरमन करवाउणगे। एक दिन दा उन्हां दा समा है साडे पास, संगत वालों प्रबंधक सेवादारां वालों भाई साहब जी दा धन्नवाद। पाकिस्तान विचले गुरधामां दी यात्रा लई वैसाखी दे पूर्व समय जथा जावेगा। जिन्हां ने यात्रा करनी होवे अपने पासपोर्ट, 4 फोटो, 200 रुपया वीजा फीस, अपने पहचान पत्र दी कापी 15 फरवरी तो पहला गुरुद्वारा रकाबगंज साहब जमा करवा दिओ। बाला साहब गुरु 8वें पातशाह महाराज दे वितर नाम तो जो 550 बिस्तरियां दा हॉस्पिटल बन रहा है, उदी सेवा जथेदार बाबा बचन सिंह जी कार सेवा वाले करवा रहे हैं। इस सेवा दे विच तन मन धन नाल अपना हिस्सा पाओ। वलंटियर सेवा वास्ते अपना नाम, टेलीफोन नंबर, फोटो, पहचान पत्र दी कापी दे के आप जी सेवा लै सकते हो। जो वलंटियर बने हैं उन्हां नूं बिनती है कि सरोवर तो लैके पार्किंग तक, पार्किंग तो लैके बाहर गुरुद्वारियां दी एंट्री तक, आपां दूजे धर्मां दे लोकां नूं वेखदे हां कि उह सड़कां ते भी मील मील दूर जाके खड़े हो के आने वालों डायरेक्शन भी देंदे ने, हाथ जोड़ के जी आया भी कहंदे ने। सो आप ये सारे स्थाना ते खड़े हो के सेवा की जिम्मेवारी निभाइए। अगले समय वास्ते आप जी गुरबाणी विचार सरवण करो। वाहेगुरु जी का खालसा, वाहेगुरु जी की फतेह। साहेब जीओ नमस्कार गुरुदेव को, सतनाम जिस मंत्र सुनाया, भव जल विचों कढ के मुक्त पदार्थ माहे समाया। पिछल राती जागना नाम दा निशनान दिढ़ाए, मिठा बोलन निव चलन हथों देख भला मनाए।
ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਕਾਲ ਖਾਏ ਸੁਕਰਿਤ ਕਰੈ ਵੱਡਾ ਹੋਏ ਨਾ ਆਪ ਗਣਾਏ ਸਾਧ ਸੰਗਤ ਮਿਲ ਗਾਵ ਦੇ ਰਾਤ ਦੀ ਹੈ ਨਿਤ ਚੱਲ ਚੱਲ ਜਾਏ ਸ਼ਬਦ ਸੁਰਤ ਪਰਚਾ ਕਰੈ ਸਤਗੁਰ ਪਰਚੈ ਮਨ ਪਰਚਾਏ ਆਸਾ ਆਸਾ ਵਿੱਚ ਨਿਰਾਸ ਵਲਾਏ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ, ਅਤ ਧੰਤਾ ਦੇ ਪਾਤਰ ਹਾਂ ਜੋ ਕਿ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਬਾਲਾ ਪ੍ਰੀਤਮ ਸਾਹਿਬ ਸਤਿਗੁਰੂ, ਸਾਹਿਬਾਂ ਦੇ ਪਾਵਨ ਪਵਿੱਤਰ ਸਥਾਨ 'ਤੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਚੰਦਰਾਨ ਚੰਦਰ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਹਾਂ। ਲੜੀ ਅਧੀਨ ਜੋ ਵਿਚਾਰ ਚੱਲ ਰਹੀ ਹੈ, ਆਪਾਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਭਾਈ ਸਾਹਿਬ ਹੋਰਾਂ ਪਾਸੋਂ ਲੜੀ ਅਧੀਨ ਜਿਸ ਸ਼ਬਦ ਦੀ ਵਿਚਾਰ ਹੈ ਉਸ ਦਾ ਪਾਠ ਆਪਾਂ ਸਰਵਣ ਕੀਤਾ। ਸੋ ਆਓ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ, ਝੁਕਾਓ ਸਾਹਿਬਾਂ ਨੂੰ ਸੀਸ, ਪਾਓ ਫਤਿਹ ਨਾਲ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਲਾਰ ਰਾਗ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਦੇ ਨੇ, ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ। ਹਰ ਜਨ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜਨ, ਪਰਮਾਤਮਾ ਦੇ ਸੇਵਕ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਪਿਆਰਿਆਂ ਦੀ ਸੰਗਤ ਅੰਦਰ ਬੈਠ ਕੇ ਤੁਹਾਡੇ ਨਾਮ ਦੇ ਨਾਲ ਜੁੜਦੇ ਨੇ, ਨਾਮ ਜਪਦੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਸਿਫਤ ਸਲਾਹ ਕਰਦੇ ਨੇ। ਸਭ ਤੋਂ ਪਹਿਲੀ ਗੱਲ ਹੈ, ਸਤਿਗੁਰਾਂ ਨੇ ਕਿਰਪਾ ਕੀਤੀ, ਹਰ ਜਨ ਮਨੁੱਖ ਨਾਮ ਉਸੇ ਦਾ ਲਵੇਗਾ ਜਿਹਦੇ ਨਾਲ ਇਸ ਨੂੰ ਪ੍ਰੇਮ ਹੋਏਗਾ, ਨਾਮ ਉਸੇ ਦਾ ਲਏਗਾ ਜਿਸ ਦੇ ਨਾਲ ਇਹਦਾ ਨੇਹ ਹੋਏਗਾ, ਜਿਸ ਦਾ ਜਨ ਹੋਏਗਾ, ਜਿਸ ਦਾ ਮੁਰੀਦ ਹੋਏਗਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ ਨੇ, ਜਿਹੜਾ ਜਨ ਹੈ, ਸੇਵਕ ਹੈ, ਮੁਰੀਦ ਹੈ, ਉਹ ਮੁਰਦੇ ਦੀ ਤਰ੍ਹਾਂ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰਦੇ ਦੇ ਭਾਵ ਇਹ ਹੈ, ਮੁਰਦੇ ਦਾ ਅਰਥ ਇਹ ਹੈ ਵੀ ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਰਹਿ ਜਾਂਦੀ, ਭਾਵੇਂ ਉਸ ਨੂੰ ਕੋਈ ਛਾਵੇਂ ਰੱਖਦਾ, ਧੁੱਪੇ ਰੱਖਦਾ। ਭਾਈ ਸਾਹਿਬ ਕਹਿੰਦੇ ਨੇ, ਠੀਕ ਇਸੇ ਪ੍ਰਕਾਰ
ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਜਿਹੜਾ ਉਹਦਾ ਸਿਮਰਨ ਕਰਦਾ ਹੈ, ਉਸ ਦੀ ਆਪਣੀ ਜਿਹੜੀ ਮਰਜ਼ੀ ਹੈ ਉਹ ਖਤਮ ਹੋ ਜਾਂਦੀ ਹੈ। ਜੋ ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਜਿਹੜੀ ਆਪਣੇ ਮਨ ਦੀ ਮਰਜ਼ੀ ਹੈ ਉਹ ਖਤਮ ਹੋ ਗਈ। ਜਿਵੇਂ ਸਤਿਗੁਰਾਂ ਦਾ ਹੁਕਮ, ਜਿਵੇਂ ਸਤਿਗੁਰਾਂ ਦੇ ਬਚਨ, ਉਸ ਦੇ ਅਨੁਸਾਰ ਜਿਹੜਾ ਆਪਣਾ ਜੀਵਨ ਜਿਉਂਦਾ ਹੈ ਸਾਧ ਸੰਗਤ, ਜੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਜਨ ਉਹਨੂੰ ਸੇਵਕ ਕਿਹਾ ਜਾਂਦਾ, ਤਾਂ ਸਾਹਿਬ ਕਿਰਪਾ ਕਰਦੇ ਨੇ, ਹਰ ਜਨ ਬੋਲਤ ਸ੍ਰੀ ਰਾਮ ਨਾਮਾ। ਜਨ ਦੀ ਪਹਿਚਾਣ ਹੀ ਇਹ ਹੈ, ਵਾਹਿਗੁਰੂ ਜੀ ਦੇ ਸੇਵਕ ਦੀ ਪਹਿਚਾਣ ਹੀ ਇਹ ਹੈ ਕਿ ਉਹ ਵਾਹਿਗੁਰੂ ਦਾ ਨਾਮ ਲੈਂਦਾ ਹੈ। ਸੰਸਾਰ ਅੰਦਰ ਆਪਾਂ ਵੇਖਦੇ ਹਾਂ, ਕੋਈ ਨਿੰਦਿਆ ਕਰਦਾ ਹੈ, ਬਖੇਲੀ ਕਰਦਾ ਹੈ, ਬੁਰਿਆਈ ਕਰਦਾ ਹੈ, ਤੇ ਸੰਸਾਰ ਉਸਨੂੰ ਚੁਗਲ ਕਹਿੰਦਾ ਹੈ। ਮਹਾਰਾਜ ਜੀ ਕਹਿੰਦੇ, ਜਿਹੜਾ ਨਾਮ ਜਪਦਾ ਹੈ ਉਹਨੂੰ ਅਕਾਲ ਪੁਰਖ ਵਾਹਿਗੁਰੂ ਦਾ ਜਨ ਉਸਨੂੰ ਸੇਵਕ ਕਿਹਾ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਸ ਦੀ ਯਾਦ, ਸਾਹਿਬ ਜੀ ਦੇ ਬਚਨ ਆਪਾਂ ਦਰਸ਼ਨ ਕਰਦੇ ਹਾਂ, ਤੇਰਾ ਨਾਮ ਕਰੀ ਚਰਨਾਠੀਆ, ਜੇ ਮਨ ਉਰਸਾ ਹੋਏ ਕਰਨੀ ਕੁੰਗੂ, ਜੇ ਰਲੈ ਘਟ ਅੰਤਰ ਪੂਜਾ ਹੋਏ। ਅਕਾਲ ਪੁਰਖ ਵਾਹਿਗੁਰੂ ਦੀ ਯਾਦ ਅੰਦਰ ਬਣੀ ਰਹਿਣੀ, ਇਹ ਵੀ ਉਸ ਦੀ ਇੱਕ ਦਾਤ ਹੈ। ਉਸ ਦੀ ਯਾਦ ਅੰਦਰ ਕਾਇਮ ਰਹਿ, ਇਹ ਵੀ ਉਸ ਦੀ ਦਾਤ ਹੈ। ਮਹਾਰਾਜ ਕਹਿੰਦੇ ਨੇ, ਚਰਨਾਠੀਆ ਕਹਿੰਦੇ ਨੇ ਚੰਦਨ ਦੀ ਲੱਕੜ ਦਾ ਉਹ ਟੁਕੜਾ, ਜਿਸ ਨੂੰ ਉਰਸਾ ਪੱਥਰ ਦਾ ਗੋਲ ਨਿੱਕਾ ਜਿਹਾ ਵੱਟਾ ਹੁੰਦਾ ਹੈ, ਮੂਰਤੀ ਦੇ ਅੱਗੇ ਖੜਾ ਹੋ ਕੇ ਉਹਨੂੰ ਮੰਨਣ ਵਾਲਾ ਉਸ ਚਰਨਾਠੀਏ, ਉਹਨੂੰ ਸੰਸਕ੍ਰਿਤ ਵਿੱਚ ਸ਼ਾਨਪਦ ਵੀ ਕਹਿੰਦੇ ਨੇ ਚਰਨਾਠੀਏ ਨੂੰ, ਉਸ ਪੱਥਰ ਦੇ ਟੁਕੜੇ ਦੇ ਉੱਤੇ ਉਸ ਨੂੰ ਕਸਾਉਂਦਾ ਹੈ, ਇਸ ਤਰ੍ਹਾਂ ਉਹਦੀ ਉਹ ਪੂਜਾ ਕਰਦਾ, ਉਸ ਨੂੰ ਮੰਨਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਅੰਦਰ ਸਾਹਿਬ ਜੀ ਕਿਰਪਾ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਸਾਡੇ ਵਾਸਤੇ ਚਰਨਾਠੀਆ ਹੈ, ਮਾਨੋ ਚੰਦਨ ਦੇ ਲੱਕੜ ਦਾ ਉਹ ਨਿੱਕਾ ਜਿਹਾ ਟੁਕੜਾ ਹੈ, ਜੇ ਮਨ ਉਰਸਾ ਹੋਏ। ਮਹਾਰਾਜ ਜੀ ਬਖਸ਼ਿਸ਼ ਕਰੋ, ਜਿਹੜਾ ਮੇਰਾ ਮਨ ਹੈ ਨਾ ਉਹ ਉਰਸਾ ਬਣ ਜਾਏ, ਪੱਥਰ ਦਾ ਟੁਕੜਾ ਬਣ ਜਾਏ, ਤੇ ਤੁਹਾਡਾ ਜਿਹੜਾ ਨਾਮ, ਤੁਹਾਡੀ ਜਿਹੜੀ ਯਾਦ ਹੈ ਨਾ, ਉਹ ਮੇਰੇ ਮਨ ਅੰਦਰ ਵਸੇ, ਇਹਦੇ ਉੱਤੇ ਕਸੇ। ਇਸ ਪ੍ਰਕਾਰ ਕਰਨੀ ਕੁੰਗੂ, ਜਿਹੜਾ ਆਚਰਣ ਹੈ ਇਹ ਕੇਸਰ ਦੀ ਤਰ੍ਹਾਂ ਬਣ ਜਾਏ, ਇਹ ਕੁੰਗੂ ਦੀ ਤਰ੍ਹਾਂ ਬਣ ਜਾਏ, ਇਹ ਵੀ ਨਾਲ ਰਲ ਜਾਏ। ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ, ਤੇ ਸਾਹਿਬ ਕਹਿੰਦੇ ਨੇ ਇਸ ਪ੍ਰਕਾਰ ਆਪਣੇ ਅੰਦਰ ਹੀ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕੀਤੀ ਜਾ ਸਕਦੀ ਹੈ। ਮਨੁੱਖ ਦੇ ਅੰਦਰ ਕੀ ਚੱਲਦਾ ਹੈ, ਜਿਸ ਕੰਮ ਦੇ ਨਾਲ, ਜਿਸ ਕਾਰ ਵਿਹਾਰ ਦੇ ਨਾਲ ਉਹ ਜੁੜਿਆ ਹੈ, ਜਦੋਂ ਨਾਮ ਦੇ ਨਾਲ ਜੁੜੇਗਾ ਤੇ ਕੁਦਰਤੀ ਗੱਲ ਹੈ ਉਹ ਨਾਮ ਉਸ ਦੇ ਅੰਦਰ ਚੱਲੇਗਾ। ਜੇ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਜਪ ਨਹੀਂ ਸਕਦਾ ਜਾਂ ਸਮਾਂ ਨਹੀਂ ਮਿਲ ਰਿਹਾ ਬਹਿਣ ਦਾ, ਉਹਨੂੰ ਅੰਦਰ ਹੀ ਅੰਦਰ ਇੱਕ ਗੱਲ ਖਿੱਚਦੀ ਪਈ ਹੈ ਵੀ ਅਜੇ ਤੂੰ ਬਾਣੀ ਨਹੀਂ ਪੜ੍ਹੀ, ਅਜੇ ਤੂੰ ਸੰਗਤ ਨਹੀਂ ਕੀਤੀ। ਜਿਹੜਾ ਨਿੱਤ ਦਾ ਸਤਸੰਗੀ ਹੈ, ਰੋਜ਼ ਸਾਧ ਸੰਗਤ ਕਰਦਾ ਹੈ, ਬਾਣੀ ਪੜ੍ਹਦਾ ਹੈ, ਕਿਸੇ ਕਾਰਨ ਵਸ ਇੱਕ ਦਿਨ ਜੇ ਸਾਧ ਸੰਗਤ ਨਾ ਕਰ ਸਕੇ, ਬਾਣੀ ਨਹੀਂ ਪੜ੍ਹੀ ਗਈ, ਸਮਾਂ ਨਹੀਂ ਮਿਲਿਆ, ਸਾਧ ਸੰਗਤ ਜੇ ਸਾਰਾ ਦਿਨ ਇਸ ਤਰ੍ਹਾਂ ਲੱਗੇਗਾ ਜਿਵੇਂ ਮੇਰੀ ਅਜੇ ਕੋਈ ਚੀਜ਼ ਗਵਾਚੀ ਹੈ, ਮੇਰਾ ਕੋਈ ਕੰਮ ਰਹਿੰਦਾ ਹੈ, ਕਿਉਂਕਿ ਉਸ ਦਾ ਸੁਭਾਅ ਬਣ ਗਿਆ ਸਾਧ ਸੰਗਤ ਕਰਨੀ, ਨਾਮ ਜਪਣਾ। ਤਾਂ ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਨਾਮ ਜਪਿਆ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੋ ਗਏ, ਉਸ ਦਾ ਰੂਪ ਹੋ ਗਏ, ਉਹਨਾਂ ਨੂੰ ਪਰਮਾਤਮਾ ਨੇ ਆਪਣੇ ਵਰਗਾ ਕਰ ਲਿਆ। ਬਾਹਰੀ ਤੌਰ 'ਤੇ ਕੋਈ ਵੀ ਧਰਮ ਕਰਮ ਹੈ ਸਭ ਸਤਿਕਾਰਯੋਗ ਨੇ ਜੋ ਕੋਈ ਕਰਦਾ, ਪਰ ਬਹੁਤ ਆਸਾਨ ਹੈ। ਮਹਾਰਾਜ ਕਹਿੰਦੇ ਨੇ, ਬਾਹਰ ਦੇਵ ਪਖਾਲੀਐ ਜੇ ਮਨ ਧੋਵੈ ਕੋਏ, ਝੂਠ ਲਹਿ ਜੀਉ ਮਾਂਜੀਐ ਮੋਖ ਪਿਆਣਾ ਹੋਏ। ਬਾਹਰੀ ਕਰਮ ਕਰ ਮੁਬਾਰਕ ਨੇ, ਪਰ ਬਾਹਰੀ ਕਰਮ ਕਰਦਿਆਂ ਕਰਦਿਆਂ ਕਦੀ ਇਹ ਵੀ ਯਤਨ ਕਰ, ਮੈਂ ਆਪਣਾ ਮਨ ਵੀ ਧੋਣਾ, ਇਸ ਨੂੰ ਵੀ ਮਾਂਜਣਾ। ਤੇ ਸਾਹਿਬ ਨੇ ਕਿਰਪਾ ਕੀਤੀ, ਮਾਂਜਣ ਦੀ ਗੱਲ ਕੀਤੀ ਸਾਧ ਸੰਗਤ ਜੀ।
ਜਿਹੜਾ ਭਾਂਡਾ ਮਾਂਜਿਆ ਜਾਏ ਨਾ ਤੇ ਫਿਰ ਧੋਤਾ ਜਾਏ ਉਹਦੇ ਅੰਦਰ ਝੂਠ ਨਹੀਂ ਰਹਿ ਜਾਂਦੀ। ਤੁਸੀਂ ਕੱਲਾ ਧੋ ਦਿਓ, ਹੰਘਾਲ ਕੇ ਰੱਖ ਦਿਓ, ਉਹਦੇ ਅੰਦਰੋਂ ਪਹਿਲੀ ਚੀਜ਼ ਦੀ ਸਮੈਲ ਵੀ ਆਏਗੀ ਅਤੇ ਜੋ ਚੰਗੀ ਤਰ੍ਹਾਂ ਸਾਫ਼ ਵੀ ਨਹੀਂ ਹੋਇਆ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ, ਝੂਠ ਲਹਿ ਜਿਉ ਮਾਂਜੀਐ ਮੋਖ ਪਿਆਣਾ ਹੋਏ। ਜਦੋਂ ਨਾਮ ਜਪਾਂਗੇ ਨਾਮ ਦੇ ਨਾਲ ਕੀ ਹੋਏਗਾ, ਝੂਠ ਕਿਹੜੀ ਹੈ, ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਜਿਹੜੀ ਮਾੜੇ ਕਰਮਾਂ ਦੀ ਮੈਲ ਹੈ ਨਾ, ਉਹ ਮਤ ਦੇ ਉੱਤੇ ਸਾਰੀ ਤੇ ਚੰਬੜੀ ਹੋਈ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਨਾਮ ਦੇ ਰਾਹੀਂ ਇਹਨੂੰ ਧੋਤਿਆ ਜਾਣਾ ਹੈ, ਇਹਨੇ ਸਾਫ਼ ਹੋਣਾ ਹੈ। ਅਤੇ ਜਦੋਂ ਇਸ ਤਰ੍ਹਾਂ ਮਾਂਜਿਆ ਜਾਏਗਾ, ਮੋਖ ਪਿਆਣਾ ਹੋਏ, ਮੋਖ ਕਹਿੰਦੇ ਨੇ ਮੁਕਤੀ ਨੂੰ, ਪਿਆਣਾ ਕਹਿੰਦੇ ਨੇ ਪੰਧ ਨੂੰ, ਸਫ਼ਰ ਨੂੰ। ਜਦੋਂ ਨਾਮ ਦੇ ਰਾਹੀਂ ਇਹ ਮਨ ਮਾਂਜਿਆ ਜਾਏਗਾ, ਮਨ ਧੋਤਾ ਜਾਏਗਾ, ਇਹ ਜਿਹੜਾ ਜੀਵਨ ਸਫ਼ਰ ਹੈ ਨਾ, ਵਿਸ਼ੇ ਵਿਕਾਰ ਅਗਿਆਨਤਾ ਮਾੜੇ ਕਰਮਾਂ ਤੋਂ ਮੁਕਤ ਹੋ ਜਾਏਗਾ। ਜੀਵਨ ਤਾਂ ਵੈਸੇ ਵੀ ਚੱਲ ਰਿਹਾ ਹੈ, ਜਿਹੜਾ ਕੋਈ ਮਾੜੇ ਕਰ ਰਿਹਾ ਸਵਾਸ ਉਹ ਵੀ ਲੈ ਰਿਹਾ, ਕੋਈ ਚੰਗੇ ਕਰ ਰਿਹਾ ਸਵਾਸ ਉਹ ਵੀ ਲੈ ਰਿਹਾ ਹੈ। ਪਰ ਸਤਿਗੁਰੂ ਕਿਰਪਾ ਕਰਦੇ ਨੇ, ਫਰਕ ਹੈ, ਨਾਮ ਜਪਣ ਵਾਲੇ ਦਾ ਜਿਹੜਾ ਜੀਵਨ ਹੈ ਉਹ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਅਗਿਆਨਤਾ ਤੋਂ ਮਾੜੇ ਕਰਮਾਂ ਤੋਂ ਮੁਕਤ ਹੋ ਜਾਏਗਾ। ਹੁਣ ਸਤਿਗੁਰੂ ਕਿਰਪਾ ਕਰਦੇ ਨੇ, ਮਨੁੱਖਾ ਜਨਮ ਪਾ ਕੇ ਜੇ ਨਾਮ ਹੀ ਨਹੀਂ ਜਪਿਆ, ਸਾਧ ਸੰਗਤ ਨਹੀਂ ਕੀਤੀ, ਵਾਹਿਗੁਰੂ ਜੀ ਦੀ ਹਜ਼ੂਰੀ ਅੰਦਰ ਹੀ ਨਹੀਂ ਆਇਆ, ਤੇ ਮਹਾਰਾਜ ਕਹਿੰਦੇ ਨੇ ਤੇਰੇ ਨਾਲੋਂ ਤੇ ਪਸ਼ੂ ਚੰਗੇ ਨੇ, ਤੇਰੇ ਨਾਲੋਂ ਤੇ ਫਿਰ ਡੰਗਰ ਚੰਗੇ ਨੇ। ਪਸ਼ੂ ਮਿਲੈ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜਿਹੜੇ ਪਸ਼ੂ ਨੇ ਖੜ ਪੱਠੇ ਘਾਹ ਆਦਿ ਖਾਂਦੇ ਨੇ ਤੇ ਦੁੱਧ ਦਿੰਦੇ ਨੇ, ਅੰਮ੍ਰਿਤ ਵਰਗਾ ਦੁੱਧ। ਜਿਹੜਾ ਮਨੁੱਖ ਨਾਮ ਨਹੀਂ ਨਾ ਜਪਦਾ, ਸਾਹਿਬ ਕਹਿੰਦੇ ਨੇ ਉਹ ਤੇ ਪਸ਼ੂਆਂ ਨਾਲੋਂ ਵੀ ਲੰਘ ਗਿਆ, ਉਹਦੇ ਨਾਲੋਂ ਤੇ ਪਸ਼ੂ ਹੀ ਚੰਗੇ ਨੇ। ਇਸ ਲਈ ਨਾਮ ਵਿਹੂਣੇ ਆਦਮੀ, ਨਾਮ ਤੋਂ ਬਿਨਾਂ ਸਾਧ ਸੰਗਤ ਜੀ ਜਿਹੜਾ ਜੀਵਨ ਹੈ ਉਹ ਅਕਾਰ ਅਥੇ ਉਹ ਅਜਾਈ ਬੀਤਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਪਾਟਲੀਪੁੱਤਰ ਦੀ ਧਰਤੀ 'ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਹਰ ਕੋਈ ਇਹ ਗੱਲ ਕਹਿੰਦਾ ਕਿ ਮਨੁੱਖਾ ਜਨਮ ਇਹ ਜੀਵਨ ਬੜਾ ਅਮੋਲਕ ਹੈ, ਬੜਾ ਕੀਮਤੀ ਹੈ, ਅਤੇ ਫਿਰ ਲੋਕ ਇਹਨੂੰ ਅਜਾਈ ਕਿਉਂ ਗਵਾ ਦਿੰਦੇ ਨੇ। ਸਾਹਿਬ ਨੇ ਕਿਰਪਾ ਕੀਤੀ, ਇੱਕ ਹੀਰਾ ਦਿੱਤਾ ਅਤੇ ਕਿਹਾ ਜਾਓ ਇਹਨੂੰ ਵੇਚ ਵੱਟ ਕੇ ਆਓ। ਹੁਣ ਉਹ ਵੀ ਇੱਕ ਤਰ੍ਹਾਂ ਦਾ ਪੱਥਰ ਹੀ ਹੁੰਦਾ ਹੈ। ਜਿਸ ਵਕਤ ਗਏ, ਕਿਸੇ ਕਿਹਾ ਦੋ ਸਿਰ ਆਟਾ ਲੈ ਜਾ, ਕਿਸੇ ਕਿਹਾ ਮੂਲੀਆਂ ਲੈ ਜਾ, ਕਿਸੇ ਕੁਛ ਕਿਹਾ, ਕਿਸੇ ਕੁਛ ਕਿਹਾ, ਅਖੀਰ ਸਾਲਸ ਰਾਏ ਜੌਹਰੀ ਕੋਲ ਜਾਂਦੇ ਨੇ ਜਿਹਨੂੰ ਪਤਾ ਸੀ ਵੀ ਇਹ ਚੀਜ਼ ਕੀ ਹੈ। ਉਹਨੇ ਕੁਛ ਰਜਤਪਣ ਕੁਛ ਟਕੇ ਰੱਖੇ, ਮੱਥਾ ਟੇਕਿਆ ਅਤੇ ਕਹਿਣ ਲੱਗਾ ਇਹ ਏਡਾ ਕੀਮਤੀ ਏਡਾ ਅਮੋਲਕ ਹੈ, ਇਹਦਾ ਮੁੱਲ ਤਾਂ ਮੈਂ ਦੇ ਨਹੀਂ ਸਕਦਾ, ਇਸ ਹੀਰੇ ਦੀ ਇਹ ਦਰਸ਼ਨੀ ਭੇਟਾ ਹੈ। ਲੈ ਕੇ ਆ ਗਏ। ਜਿਸ ਵਕਤ ਆ ਗਏ ਤਾਂ ਮਹਾਰਾਜ ਜੀ ਕਹਿਣ ਲੱਗੇ ਜੇ ਪੈਸੇ ਰੱਖਣੇ ਨੇ ਤਾਂ ਬਦਲੇ ਵਿੱਚ ਇਹ ਦੇ ਕੇ ਆਓ ਜਿਸ ਚੀਜ਼ ਦੇ ਉਹਨਾਂ ਪੈਸੇ ਦਿੱਤੇ ਨੇ, ਅਤੇ ਜਾਂ ਉਹਦੇ ਪੈਸੇ ਵਾਪਸ ਦੇ ਕੇ ਆਓ। ਜਿਸ ਵਕਤ ਗਏ, ਸਾਲਸ ਰਾਏ ਨੇ ਵੇਖਿਆ, ਸੋਚਿਆ ਭਈ ਏਡਾ ਕੌਣ ਹੈ ਜਿਹਨੂੰ ਪੈਸੇ ਦਈਏ ਅਤੇ ਅਗਲਾ ਮਾਇਆ ਤੋਂ ਨਾ ਕਰ ਜਾ, ਭਈ ਮੈਂ ਨਹੀਂ ਲੈਣੀ। ਮਨ ਵਿੱਚ ਤਾਂਘ ਪੈਦਾ ਹੋਈ, ਆ ਗਏ, ਦਰਸ਼ਨ ਕੀਤੇ, ਅਖੀਰ ਸਤਿਗੁਰਾਂ ਨੇ ਬਚਨ ਕੀਤੇ। ਕਹਿਣ ਲੱਗੇ ਇਹ ਤਾਂ ਭਾਈ ਮਰਦਾਨਾ ਜੀ ਦੇ ਸਵਾਲ ਦਾ ਜਵਾਬ ਸੀ। ਇਹਨਾਂ ਨੇ ਕਿਹਾ ਸੀ ਹਰ ਕੋਈ ਕਹਿੰਦਾ ਜੇ ਮਨੁੱਖਾ ਜਨਮ ਏਡਾ ਅਮੋਲਕ ਹੈ ਤੇ ਇਹਨੂੰ ਅਜਾਈ ਕਿਉਂ ਗਵਾਈ ਜਾਂਦੇ ਨੇ। ਇਹ ਭਾਈ ਮਰਦਾਨਾ ਜੀ ਦੇ ਸਵਾਲ ਦਾ ਜਵਾਬ ਸੀ। ਕਹਿਣ ਲੱਗੇ ਜੀ ਕਿਸ ਤਰ੍ਹਾਂ? ਸਾਹਿਬ ਨੇ ਬਚਨ ਕੀਤੇ ਭਾਈ ਮਰਦਾਨਾ ਜੀ ਨੂੰ, ਹੈ ਤੇ ਇਹ ਹੀਰਾ ਹੀ ਇਹ ਬੜਾ ਅਮੋਲਕ ਬੜਾ ਕੀਮਤੀ ਹੈ, ਪਰ ਜਿਨ੍ਹਾਂ ਨੂੰ ਕਦਰ ਨਹੀਂ ਸੀ, ਜਿਨ੍ਹਾਂ ਨੂੰ ਪਤਾ ਨਹੀਂ ਸੀ, ਕਿਸੇ ਕਿਹਾ ਦੋ ਸਿਰ ਆਟਾ ਲੈ ਜਾ ਅਤੇ ਕਿਸੇ ਕਿਹਾ ਮੂਲੀਆਂ ਲੈ ਜਾ, ਜਿਨ੍ਹਾਂ ਨੇ ਇਹ ਕੁਛ ਕਿਹਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਹੈ ਕੀ ਹੈ, ਅਤੇ ਜਿਹਨੂੰ ਕਦਰ ਸੀ ਉਹਨੇ ਕਿਹਾ ਮੁੱਲ ਤੇ ਮੈਂ ਇਹਦਾ ਦੇ ਨਹੀਂ ਸਕਦਾ, ਇਹਦੇ ਦਰਸ਼ਨੀ ਭੇਟਾ ਹੈ, ਦਰਸ਼ਨਾਂ ਦੀ ਭੇਟਾ ਹੈ। ਭਾਈ ਮਰਦਾਨਾ ਜੀ
ਮਨੁੱਖਾ ਜਨਮ ਹੈ ਤੇ ਬੜਾ ਅਮੋਲਕ, ਜਿਨ੍ਹਾਂ ਨੂੰ ਕਦਰ ਨਹੀਂ, ਕਿਸੇ ਨੇ ਆਟੇ ਦੇ ਭਾਗਵਾ ਦਿੱਤਾ ਤੇ ਕਿਸੇ ਨੇ ਮੂਲੀਆਂ ਦੇ ਭਾਗਵਾ ਦਿੱਤਾ। ਜਿਨ੍ਹਾਂ ਨੂੰ ਕਦਰ, ਜਿਨ੍ਹਾਂ ਨੂੰ ਸਾਰ ਹੈ, ਉਹਨਾਂ ਨੇ ਇਸ ਨੂੰ ਨਾਮ ਜਪ ਕੇ ਇਸ ਨੂੰ ਸਫਲਿਆ ਕਰ ਲਿਆ, ਇਹਨੂੰ ਅਜਾਈ ਨਹੀਂ ਜਾਣ ਦਿੱਤਾ। ਤਾਂ ਸਤਿਗੁਰੂ ਕਿਰਪਾ ਕਰਦੇ ਨੇ ਮਨੁੱਖਾ ਜਨਮ ਪਾ ਕੇ ਜੇ ਕਿਸੇ ਨੇ ਨਾਮ ਨਹੀਂ ਜਪਿਆ, ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕੀਤੀ, ਤਾਂ ਸਾਹਿਬ ਕਹਿੰਦੇ ਨੇ ਐਸੇ ਮਨੁੱਖ ਦੇ ਨਾਲੋਂ ਤੇ ਪਸ਼ੂ ਚੰਗੇ ਨੇ, ਡੰਗਰ ਚੰਗੇ ਨੇ, ਖਾਂਦੇ ਨੇ ਪੱਠੇ ਤੇ ਅੰਮ੍ਰਿਤ ਵਰਗਾ ਉਹ ਦੁੱਧ ਦਿੰਦੇ ਨੇ। ਅੱਗੇ ਸਾਹਿਬ ਇਹ ਕਿਰਪਾ ਕਰਦੇ ਨੇ, ਨੇੜਾ ਹੈ ਦੂਰ ਨਾ ਜਾਣੇ ਹੋ, ਨਿਤ ਸਾਰੇ ਸੰਭਾਲੇ, ਜੋ ਦੇਵੈ ਸੋ ਖਾਵਨਾ, ਕਹੋ ਨਾਨਕ ਸਾਚਾ ਹੈ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਜਨ ਉਸ ਦੇ ਸੇਵਕ ਨਾਮ ਜਪਦੇ ਨੇ, ਹਰ ਵਕਤ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਸਮਝਦੇ ਨੇ, ਆਪਣੇ ਨਾਲ ਸਮਝਦੇ ਨੇ। ਮਨੁੱਖ ਪ੍ਰਸ਼ਾਦਾ ਛਕਦਾ ਹੈ, ਲੰਗਰ ਛੱਕ ਕੇ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੋ ਜਾਈਦਾ ਹੈ ਕੁਛ ਸਮੇਂ, ਕੁਛ ਘੰਟਿਆਂ ਵਾਸਤੇ। ਮਨੁੱਖ ਮਹਿਸੂਸ ਕਰਦਾ ਮੈਂ ਪ੍ਰਸ਼ਾਦਾ ਛੱਕ ਲਿਆ, ਲੰਗਰ ਛੱਕ ਲਿਆ, ਹੁਣ ਮੈਨੂੰ ਭੁੱਖ ਨਹੀਂ ਹੈ। ਠੀਕ ਇਸੇ ਪ੍ਰਕਾਰ ਸਤਸੰਗ ਜੇ ਬਾਣੀ ਪੜ੍ਹ ਕੇ, ਨਾਮ ਜਪ ਕੇ, ਸੰਗਤ ਕਰਕੇ ਸਾਰਾ ਦਿਨ ਮਹਿਸੂਸ ਕਰਨਾ ਚਾਹੀਦਾ ਹੈ। ਜਿਹਦੇ ਦਰ 'ਤੇ ਸਵੇਰੇ ਗਿਆ ਸਾਂ, ਉਹ ਹੁਣ ਵੀ ਮੇਰੇ ਨਾਲ ਉਸੇ ਤਰ੍ਹਾਂ ਜਿਵੇਂ ਸਵੇਰੇ ਮੈਂ ਕੋਲ ਬੈਠਾ ਸਾਂ। ਜੇਕਰ ਸਾਰੇ ਦਿਨ ਦੇ ਕਰਮ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਮਹਿਸੂਸ ਹੀ ਨਹੀਂ ਕੀਤਾ, ਤਾਂ ਇਸ ਤਰ੍ਹਾਂ ਹੋਏਗਾ ਪ੍ਰਸ਼ਾਦਾ ਵੀ ਛਕਿਆ ਅਤੇ ਭੁੱਖ ਵੀ ਨਹੀਂ ਮਿਟੀ, ਤ੍ਰਿਪਤ ਵੀ ਨਹੀਂ ਹੋਇਆ। ਜਿਹੜੇ ਨਾਮ ਜਪਦੇ ਨੇ, ਮਹਿਸੂਸ ਕਰਦੇ ਨੇ ਪਰਮੇਸ਼ਰ ਜੀ ਹਰ ਵਕਤ ਸਾਡੇ ਨਾਲ ਨੇ, ਮੇਰੇ ਨਾਲ ਨੇ, ਨੇੜਾ ਹੈ ਦੂਰ ਨਾ ਜਾਣੇ ਹੋ, ਨਿਤ ਸਾਰੇ ਸੰਭਾਲੇ। ਅਕਾਲ ਪੁਰਖ ਵਾਹਿਗੁਰੂ ਨਿਤ ਸਾਰਿਆਂ ਦੀ ਸੰਭਾਲ ਕਰਦਾ ਹੈ। ਜੋ ਦੇਵੈ ਸੋ ਖਾਵਣਾ, ਕਹੋ ਨਾਨਕ ਸਾਚਾ ਹੈ। ਉਹ ਮਨੁੱਖ ਫਿਰ ਨਾਮ ਜਪਣ ਵਾਲੇ ਰੱਬ ਦੇ ਜਨ, ਰੱਬ ਦੇ ਸੇਵਕ ਇਹ ਨਹੀਂ ਸੋਚਦੇ, ਇਹ ਨਹੀਂ ਕਹਿੰਦੇ ਕਿ ਇਹ ਜੋ ਕੁਛ ਕੀਤਾ, ਇਹ ਕਮਾਇਆ, ਇਹ ਮੈਂ ਕੀਤਾ ਹੈ। ਉਹ ਕਹਿੰਦੇ ਨੇ ਨਹੀਂ, ਇਹ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ। ਕੀਤਿਆਂ ਦੁੱਖ ਭੋਗ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਦੁੱਖ ਹੈ ਤਾਂ, ਭੁੱਖ ਹੈ ਤਾਂ, ਸੁੱਖ ਹੈ ਤਾਂ, ਵਾਹਿਗੁਰੂ ਜੀ ਇਹ ਸਾਰੀਆਂ ਤੁਹਾਡੀਆਂ ਹੀ ਦਾਤਾਂ ਨੇ। ਆਸਾ ਰਾਗ ਦੇ ਅੰਦਰ ਭਗਤ ਧੰਨਾ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਸਤ ਸੰਗਤ ਜੀ ਜੋ ਦੇਵੈ ਸੋ ਖਾਵਣਾ, ਕਹੋ ਨਾਨਕ ਸਾਚਾ ਹੈ। ਉੱਥੇ ਭਗਤ ਜੀ ਕਿਰਪਾ ਕਰਦੇ ਨੇ, ਰੇਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜਿੱਥੇ ਮਰਜ਼ੀ ਭੱਜ ਲੈ, ਜੋ ਕਰਤੇ ਨੂੰ ਮਨਜ਼ੂਰ ਹੈ ਹੋਣਾ ਉਹ ਹੈ। ਜੇ ਧਾਵੈ ਬ੍ਰਹਿਮੰਡ ਖੰਡ ਕੋ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੈ ਹੋਣਾ ਉਹ ਹੈ। ਅੱਗੇ ਇੱਥੇ ਭਗਤ ਜੀ ਕਿਰਪਾ ਕਰਦੇ ਨੇ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ, ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖ ਹੈ, ਐਸਾ ਖੁਸ਼ਮ ਹਮਾਰਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਜੋ ਦੇਵੈ ਸੋ ਖਾਵਣਾ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਭਗਤ ਜੀ ਕਿਰਪਾ ਕਰਦੇ ਨੇ, ਹੇ ਮਨੁੱਖ, ਉਹ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਤੇਰੀ ਰੋਜ਼ੀ ਦਾ ਵੀ ਫਿਕਰ ਹੈ, ਤੂੰ ਕੀ ਖਾਣਾ ਹੈ, ਕੀ ਛਕਣਾ ਹੈ। ਉਦਾਹਰਨ ਬੜੀ ਸੋਹਣੀ ਦਿੱਤੇ, ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ ਹੈ ਤੇ ਤਨ ਉਹਦੇ ਬੱਚੇ ਦਰਿਆ ਦੇ ਪਾਣੀ ਦੇ ਕਿਨਾਰੇ ਰੇਤੇ ਵਿੱਚ ਰੇਤ ਤੇ ਨੇ। ਬੱਚਿਆਂ ਨੂੰ ਖੰਭ ਨਹੀਂ ਕਿ ਉੱਡ ਕੇ ਆਪਣੀ ਮਾਂ ਕੋਲ ਜਾਂ ਕਿਤੇ ਹੋਰ ਟੁਰ ਜਾਣ ਤੇ ਕੁਛ ਖਾ ਲੈਣ। ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਐਸੀ ਹੈ, ਕੱਛੂ ਕੁੰਮੀ ਇਸ ਦਾਤ ਤੋਂ ਵਾਂਝੀਏ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਆ ਸਕਦੀ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਬੱਚਿਆਂ ਦੇ ਪੰਖ ਨਹੀਂ, ਖੰਭ ਨਹੀਂ ਤੇ ਉਹ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਆ ਸਕਦੀ।
भगत धन्ना जी कहिंदे ने जेड़ा परमात्मा उन्हां दी पालना करदा है उहदा नाम जप तैनू भी रोजी जरूर देगा। तो यह गल आपां सारे जाणदे हां, अकाल पुरख वाहिगुरु ने जे जन्म तो पहला मौत लिखी है तो उन्हें रिजक भी लिखिया है। जेड़ा संसार ते जा रहा है इसने खाना की है, इन्हें करना की है, तो सतगुरु कृपा करते ने जो देव है सो खावना, कहो नानक साचा है। जेड़े नाम जपते ने सतसंग जी उन्होंने हर वक्त याद रहिंदा है, ये मैं नहीं किया मैनू महाराज ने दिता है। उन्हां दा अहंकार वाला सुभा नहीं बनता भई ये मेरी कमाई है, नहीं वह सुभा सुभा शुकर करते ने। साहब जी दे बचन आप पढ़ते हाँ, तुम दाते ठाकुर प्रतपालक नायक खसम हमारे। प्रतपालक जेड़ा बड़ी चंगी तरह पालना करता है, तो तुसी किते ऐसा नहीं पढ़ोगे परमात्मा कले मनुखां दी पालना करता है, बाकी जूना दी नहीं करता। अकाल पुरख वाहिगुरु हर किसी की पालना करता है। गुरु अंगद देव जी महाराज जी के पावन बचन आप पढ़ते हाँ, जिस अंदर साहब ने कृपा की, नानक चिंता मत करो चिंता तिस ही है। उत्थे साहब ने सारा जिक्र किया है, जेड़े पानी विच जीव जंतु रहिंदे ने उत्थे ना तो कोई बाजार है, ना कोई हॉस्पिटल है, ना कोई उन्होंने रोजी रोटी देन जांदा है, पर जूना तो वह भी पलदियां ने, अपना जीवन तो वह भी ज्यों रहे ने। इसलिए जो अकाल पुरख वाहिगुरु जी का नाम जपते ने उन्होंने हर वक्त परमेश्वर की जड़ी होंद है इस तरह महसूस होंदी है, परमात्मा साडे नाल है। हर जन बोलत श्री राम नामा, मिल साध संगत हर तोर, मिल साध संगत भई प्राप्त मानुख दे हुरिया, गोबिंद मिलन की ए तेरी बरिया, अवर काश तेरा किता ना काम, मिल साध संगत भज केवल नाम। साहिब कृपा करते ने यह जड़ी देहुरिया मिली है, जड़ा ये जन्म मिलिया है, ये अकाल पुरख वाहिगुरु की सिफत सलाह वास्ते मिली है। अवर काश तेरा किता ना काम, हुण इत्थे सतगुरां ने यह नहीं किया, ये अर्थ यह ना समझ लैना भी बाकी काम ते तेरे किसे काम दे नहीं गे, अवर काश तेरा किता ना काम। इस दा भाव यह है जे तू नाम नहीं जपदा तो जिन्ने मर्जी काम कर लै रब की प्राप्ति नहीं हो सकती। जे परमेश्वर की प्राप्ति करनी है तो उस दा नाम तो जपना ही पएगा, उहदी सिफत सलाह तो करनी ही पएगी। भांडा धोए बैस धुप देवो तो दुध एको जावो, दूध कर्म फुन सुरत समायन होए निराश जमावो। जपो तो एको नामा अवर निराफल कामा। हुण इहदा भाव भी यह नहीं भी बाकी काम ने जिहड़े वह नहीं करने या किसे काम नहीं गए, इस दा भाव यह है सात संगत जी जिन्ने मर्जी कर्म कर लै जेकर वाहिगुरु जी का नाम नहीं जपदा बाकी जिहड़े कर्म ने वह किसी भी काम नहीं। इसलिए भई प्राप्त मानुख दे हुरिया, गोबिंद मिलन की ए तेरी बरिया। ये समा मिलिया है, ये टाइम मिलिया है अकाल पुरख वाहिगुरु की सिफत सलाह करन दा, उस दा नाम जपन दा, साध संगत विच आ के गुरु दे प्रति प्रेम पैदा हुंदा है। कई बार ऐसा भी हुंदा है कोई घर बह के बाणी दा पाठ कर लै, मुबारक है, चंगी गल है, बाणी पढ़ लैनी चाहीदी है, नाम जप लैना चाहीदा है, पर साध संगत जी साध संगत की अपनी महानता है। ऐसा नहीं कि जे घर बह के पाठ कर लिया तो संगत करन दी लोड़ नहीं, नहीं, साध संगत बिना भाव ना उपजे, भाव बिन भगत ना होए है तेरी। जिन्ना समा मनुख संगत विच नहीं आएगा उन्ना समा गुरु दे प्रति प्यार पैदा नहीं होएगा, तो जिथे प्यार नहीं प्रेम नहीं उहदी प्राप्ति भी नहीं होएगी, क्योंकि जिन प्रेम कियो तिन ही प्रभ पायो। जिसना ने प्रेम किया उन्होंने अकाल पुरख वाहिगुरु की प्राप्ति कर ली। इसलिए मिल साध संगत हर तोर, हे अकाल पुरख वाहिगुरु जी
ਤੁਹਾਡੇ ਪਿਆਰੇ ਤੁਹਾਡੇ ਜਨ ਸਾਧ ਸੰਗਤ ਵਿੱਚ ਆ ਕੇ ਤੇ ਤੁਹਾਡਾ ਨਾਮ ਜਪਦੇ ਨੇ। ਸਾਧ ਸੰਗਤ ਉਹਨਾਂ ਦੀ ਸੰਗਤ ਜਿਨ੍ਹਾਂ ਨੇ ਨਾਮ ਜਪ ਜਪ ਕੇ ਆਪਣੇ ਆਪ ਨੂੰ ਸਾਧ ਲਿਆ, ਮੇਰੀਆਂ ਅੱਖਾਂ ਮਾੜਾ ਨਾ ਵੇਖਣ ਇਹਨਾਂ ਨੂੰ ਸਾਧ ਲਿਆ, ਇਹ ਹੱਥ ਮਾੜਾ ਨਾ ਕਰਨ ਕਿਸੇ ਦੇ ਇਹਨਾਂ ਨੂੰ ਸਾਧ ਲਿਆ, ਇਹ ਪੈਰ ਕਿਸੇ ਮਾੜੇ ਪਾਸੇ ਨਾ ਚੱਲਣ ਇਹਨਾਂ ਨੂੰ ਸਾਧ ਲਿਆ। ਤੇ ਜੈਸੀ ਸੰਗਤ ਮਨੁੱਖ ਕਰੇਗਾ ਉਵੇਂ ਦਾ ਫਲ ਉਹਨੂੰ ਮਿਲੇਗਾ ਹੀ ਮਿਲੇਗਾ। ਕਬੀਰ, ਮਨ ਪੰਖੀ ਭਇਓ ਉੱਡ ਉੱਡ ਦੈਦ ਸਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇਹ ਮਨ ਐਵੇਂ ਦਾ ਪੰਛੀ ਹੈ, ਜਿਵੇਂ ਦੀ ਸੰਗਤ ਦੇ ਵਿੱਚ ਬਹਿਗਾ ਉਸੇ ਪ੍ਰਕਾਰ ਉਸੇ ਤਰ੍ਹਾਂ ਦਾ ਇਹਨੂੰ ਰੰਗ ਚੜ੍ਹੇਗਾ, ਤੇ ਜਿਵੇਂ ਦਾ ਰੰਗ ਚੜ੍ਹੇਗਾ ਉਵੇਂ ਦਾ ਸਾਧ ਸੰਗਤ ਜੀ ਫਲ ਮਿਲੇਗਾ। ਇਸ ਲਈ ਕਬੀਰ, ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਬਾਹ, ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾਹ। ਭਗਤ ਕਬੀਰ ਜੀ ਇਹ ਕਿਰਪਾ ਕਰਦੇ ਨੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ। ਜਿਹੜੀ ਰੱਬ ਦੇ ਪਿਆਰਿਆਂ ਦੀ ਸੰਗਤ ਹੈ, ਅੰਤ ਕਰੇ ਨਿਰਬਾਹ, ਉਹ ਅਖੀਰ ਤੱਕ ਸਾਥ ਦਿੰਦੀ ਹੈ, ਅੰਤ ਤੱਕ ਸਾਥ ਦਿੰਦੀ ਹੈ। ਤੇ ਸਾਕਤ ਸੰਗ ਨਾ ਕੀਜੀਐ, ਜਿਹੜਾ ਸਾਕਤ ਹੈ ਉਹਦੀ ਸੰਗਤ ਤੋਂ, ਉਹਦੀ ਰਹਿਣੀ ਬਹਿਣੀ ਤੋਂ ਦੂਰ ਰਹਿ। ਕਿਉਂ? ਕਿਉਂਕਿ ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ ਨੇ, ਕੋਇਲਾ ਸੀਤਲ ਕਰ ਕਰਤ ਸ਼ਿਆਮ ਗੈ ਪੁਰਸ ਤਪਤ ਪਰ ਦਗਤ ਕਰਤ ਹੈ, ਮਾੜੀ ਰਹਿਣੀ ਬਹਿਣੀ ਇਸ ਤਰ੍ਹਾਂ ਹੈ ਜਿਵੇਂ ਕੋਲਾ ਹੋਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ, ਠੰਡਾ ਪਕੜੇਗਾ ਤੇ ਹੱਥ ਕਾਲਾ ਕਰ ਦੇਗਾ, ਗਰਮ ਪਕੜੇਗਾ ਤੇ ਹੱਥ ਸਾੜ ਦੇਗਾ, ਦੋਵੇਂ ਤਰ੍ਹਾਂ ਨੁਕਸਾਨ ਹੈ। ਜਿਹੜੀ ਮਾੜੀ ਰਹਿਣੀ ਬਹਿਣੀ ਮਾੜੀ ਸੰਗਤ ਹੈ, ਉਹ ਇਸ ਤਰ੍ਹਾਂ ਜਿਵੇਂ ਕੋਲਾ ਹੋਏ, ਠੰਡਾ ਪਕੜੇਗਾ ਹੱਥ ਕਾਲਾ ਏ, ਤੇ ਜੇ ਗਰਮ ਪਕੜੇਗਾ ਹੱਥ ਸਾੜ ਦੇਗਾ। ਇਸ ਲਈ ਕਬੀਰ, ਸੰਗਤ ਕਰੀਐ ਸਾਧ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰ, ਅਖੀਰ ਤੱਕ ਨਾਲ ਨਿਭਣ ਵਾਲੀ ਹੈ, ਤੇਰਾ ਸਾਥ ਦੇਣ ਵਾਲੀ ਹੈ। ਮਿਲ ਸਾਧ ਸੰਗਤ ਹਰ ਤੋਰ, ਸਾਧ ਸੰਗਤ ਵਿੱਚ ਆ ਕੇ ਜਿਹੜਾ ਜੀਵਨ ਹੈ ਨਾ, ਉਹ ਨਿਕੰਮੇ ਕੱਚ ਤੋਂ ਸੋਨੇ ਵਰਗਾ ਕੀਮਤੀ ਹੋ ਜਾਂਦਾ ਹੈ। ਪੱਟਾਂ ਦੇ ਸਵਈਆਂ ਅੰਦਰ ਦਰਸ਼ਨ ਆਪਾਂ ਕਰਦੇ ਹਾਂ ਸਾਧ ਸੰਗਤ ਜੇ, ਕੱਚੋਂ ਕੰਚਨ ਭਇਓ ਸ਼ਬਦ ਗੁਰੂ ਸ੍ਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨ ਕਹਿ ਗਏ, ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਭਏ। ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਸ਼ਬਦ ਸੁਣ ਕੇ, ਗੁਰੂ ਦੇ ਸ਼ਬਦ ਦੇ ਅਨੁਸਾਰੀ ਆਪਣਾ ਜੀਵਨ ਢਾਲ ਕੇ ਜਿਉਂ ਕੇ ਕੀ ਹੁੰਦਾ ਹੈ? ਜਿਹੜਾ ਨਿਕੰਮੇ ਕੱਚ ਵਰਗਾ ਜੀਵਨ ਸੀ ਨਾ, ਉਹ ਵੀ ਕੀਮਤੀ ਸੋਨੇ ਵਰਗਾ ਹੋ ਜਾਂਦਾ ਹੈ। ਜਿਹੜਾ ਮਨੁੱਖ ਕੱਚ ਦੀ ਤਰ੍ਹਾਂ, ਜਿਹਨੂੰ ਕੋਈ ਪੁੱਛਦਾ ਨਹੀਂ ਸੀ, ਸਾਧ ਸੰਗਤ ਵਿੱਚ ਆ ਕੇ ਉਹਦੀ ਕਦਰ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਸਿਉਣੇ ਦੀ ਕਦਰ ਹੁੰਦੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਵਾਰਾਂ ਦੇ ਅੰਦਰ ਕਿਰਪਾ ਕਰਦੇ ਨੇ, ਮਿਲ ਸਾਧ ਸੰਗਤ ਗਾਮ ਦੇ, ਸਾਧ ਸੰਗਤ ਅੰਦਰ ਆ ਕੇ ਜਿਹੜੇ ਰੱਬ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਪਿਛਲ ਰਾਤੀ ਜਾਗਣਾ ਨਾਮ ਦਾ ਨਿਸ਼ਨਾਨ ਦੜਾਏ, ਮਿੱਠਾ ਬੋਲਣ ਨਿਭ ਚੱਲਣ ਹੱਥੋਂ ਦੇਖੈ ਭਲਾ ਮਨਾਏ, ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ। ਘੱਟ ਬੋਲਣਾ ਵੀ ਗੁਰਮਤ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਕਈ ਵਾਰ ਐਸਾ ਹੁੰਦਾ ਹੈ ਕੋਈ ਐਸੀ ਗੱਲ, ਕੋਈ ਐਸਾ ਸ਼ਬਦ ਉਹਨੂੰ ਕਹਿਣ ਦੀ ਲੋੜ ਤਾਂ ਨਹੀਂ ਸੀ, ਪਰ ਮਨੁੱਖ ਨੇ ਉਹ ਕਹਿ ਦਿੱਤੀ, ਉਹ ਬੋਲ ਦਿੱਤੀ, ਉਹਦੇ ਤੋਂ ਕਲੇਸ਼ ਝਗੜੇ ਦਾ ਜਨਮ ਹੋ ਗਿਆ। ਭਾਵੇਂ ਘਰ ਏ, ਪਰਿਵਾਰ ਏ, ਸੰਸਾਰ ਏ, ਸਮਾਜ ਹੈ। ਜੇਕਰ ਆਪਾਂ ਆਪਣੇ ਇੱਕ ਦਿਨ ਦੀ ਇੱਕ ਡਾਇਰੀ ਲਾ ਲਈਏ ਨਾ, ਵੀ ਅੱਜ ਮੈਂ ਸਾਰਾ ਦਿਨ ਲਿਖਣਾ ਹੈ ਕਿੱਥੇ ਕੀ ਬੋਲਿਆ, ਕੀ ਸੁਣਿਆ ਤੇ ਕਿਹਦੇ ਕੋਲ ਖੜਾ, ਸ਼ਾਮ ਨੂੰ 4 ਘੰਟੇ ਐਸੇ ਨਿਕਲਣਗੇ, ਆਪਾਂ ਉਹ ਗੱਲਾਂ ਬੋਲੀਆਂ ਜਿਨ੍ਹਾਂ ਨੂੰ ਬੋਲਣ ਤੋਂ ਬਿਨਾਂ ਵੀ ਕੰਮ ਚੱਲ ਸਕਦਾ ਸੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਜਿਹੜਾ ਘੱਟ ਬੋਲਣਾ ਹੈ ਇਹ ਵੀ ਗੁਰਮਤ ਹੈ,
ਘੱਟ ਛਕਣਾ ਘੱਟ ਸੌਣਾ ਇਹਨਾਂ ਦਾ ਆਪਸ ਦੇ ਵਿੱਚ ਬੜਾ ਸੰਬੰਧ ਹੈ। ਜਿਹੜਾ ਛਕੇਗਾ ਘੱਟ ਕੁਦਰਤੀ ਗੱਲ ਹੈ ਉਹਨੂੰ ਨੀਂਦ ਵੀ ਘੱਟ ਆਏਗੀ। ਇਹ ਗੁਰਮਤ ਹੈ। ਪਿਛਲ ਰਾਤੀ ਜਾਗਣਾ ਨਾਮ ਦਾ ਨਿਸ਼ਨਾਨ ਦੜਾਏ ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇਖੈ ਭਲਾ ਮਨਾਏ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਕਾਲ ਖਾਏ ਸੁਕ੍ਰਿਤ ਕਰੈ ਵੱਡਾ ਹੋਏ ਨਾ ਆਪ ਗਣਾਏ। ਆਪਣੀ ਕਿਰਤ ਕਮਾਈ ਕਰੇ ਆਪਣੀ ਜਿਹੜੀ ਸੁਕ੍ਰਿਤ ਹੈ ਉਹ ਚੰਗੀ ਕਿਰਤ ਨੂੰ ਕਰੇ। ਤੇ ਬਾਬੇ ਨਾਨਕ ਦੇ ਘਰ ਦਾ ਇਹ ਸਿਧਾਂਤ ਹੈ ਗੁਰਸਿੱਖ ਆਪਣੀ ਕਿਰਤ ਕਾਰ ਕਰੇ ਉਸ ਦੇ ਵਿੱਚੋਂ ਆਪਣਾ ਜਿਹੜਾ ਦਸਵੰਧ ਹੈ ਉਹ ਵੀ ਕੱਢੇ। ਗੁਰੂ ਘਰ ਦੇ ਵਿੱਚ ਕਿਤੇ ਸੇਵਾ ਹੈ ਗੁਰੂ ਕੇ ਲੰਗਰਾਂ ਦੀ ਸੇਵਾ ਹੈ ਕਿਤੇ ਵੀ ਆਪਣੀ ਜਿਹੜੀ ਕਿਰਤ ਕਮਾਈ ਹੈ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜਾ ਹਿੱਸਾ ਹੈ ਗੁਰਸਿੱਖ ਜ਼ਰੂਰ ਪਾਏ ਤਾਂ ਸਾਹਿਬ ਇੱਥੇ ਇਹ ਕਿਰਪਾ ਕਰਦੇ ਨੇ ਮਿਲ ਸਾਧ ਸੰਗਤ ਹਰ ਤੋਰ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਆਪ ਜੀ ਦੇ ਜੋ ਜਨ ਨੇ ਜੋ ਸੇਵਕ ਨੇ ਉਹ ਸਾਧ ਸੰਗਤ ਅੰਦਰ ਆ ਕੇ ਮਿਲ ਕੇ ਤੁਹਾਡਾ ਨਾਮ ਜਪਦੇ ਨੇ ਸਿਫਤ ਸਲਾਹ ਕਰਦੇ ਨੇ। ਨਾਮ ਜਪਣ ਦੇ ਨਾਲ ਮਨੁੱਖ ਦੇ ਅੰਤਰ ਆਤਮੇ ਨੂੰ ਟਿਕਾ ਮਿਲਦਾ ਹੈ ਸੰਤੁਸ਼ਟੀ ਮਿਲਦੀ ਹੈ। ਸਾਰਾ ਦਿਨ ਮਨੁੱਖ ਆਪੋ ਆਪਣੇ ਕਾਰ ਵਿਹਾਰ ਕੰਮ ਕਾਰ ਕਰਦਾ ਹੈ ਕਿਸੇ ਨੂੰ ਕੋਈ ਕੰਮ ਕਰਕੇ ਪਛਤਾਵਾ ਹੁੰਦਾ ਕਿਸੇ ਨੂੰ ਕੋਈ ਕੰਮ ਕਰਕੇ ਪਛਤਾਵਾ ਹੁੰਦਾ ਹੈ। ਅੱਜ ਤੱਕ ਐਸਾ ਨਹੀਂ ਹੋਇਆ ਤੇ ਨਾ ਹੋਏਗਾ ਕਿਸੇ ਨੇ ਸੰਗਤ ਕੀਤੀ ਹੋਏ ਤੇ ਕਿਹਾ ਹੋਏ ਵੀ ਮੈਨੂੰ ਸੰਗਤ ਨਹੀਂ ਸੀ ਕਰਨੀ ਚਾਹੀਦੀ। ਜਿੱਡਾ ਮਰਜ਼ੀ ਜ਼ਰੂਰੀ ਕੰਮ ਕਰ ਲਓ ਕਿਤੇ ਨਾ ਕਿਤੇ ਪਛਤਾਵਾ ਜ਼ਰੂਰ ਆ ਜਾਏਗਾ। ਇਸ ਲਈ ਜਿਹੜੀ ਸਾਧ ਸੰਗਤ ਹੈ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਟਿਕਾ ਮਿਲਦਾ ਹੈ ਸੰਤੁਸ਼ਟੀ ਮਿਲਦੀ ਹੈ। ਹਰ ਧਨ ਬਣਜੋ ਹਰ ਧਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ। ਸੰਸਾਰ ਦੇ ਅੰਦਰ ਜਿਹੜਾ ਮਰਜ਼ੀ ਕੋਈ ਜਿਵੇਂ ਦਾ ਮਰਜ਼ੀ ਧਨ ਦੌਲਤ ਸੋਨਾ ਇਕੱਠਾ ਕਰ ਲੈ ਕਮਾ ਲੈ ਉਸਦੇ ਮਨ ਅੰਦਰ ਕਿਤੇ ਨਾ ਕਿਤੇ ਸਹਿਮ ਹੈ ਕਿਤੇ ਨਾ ਕਿਤੇ ਡਰ ਹੈ ਜੋ ਮੈਂ ਕਮਾਇਆ ਮੈਂ ਕੀਤਾ ਕਿਤੇ ਚੋਰੀ ਨਾ ਹੋ ਜਾਏ ਕਿਸੇ ਹੋਰ ਨੂੰ ਨਾ ਕਿਤੇ ਮਿਲ ਜਾਏ ਇਹਨੂੰ ਕੋਈ ਲੈ ਨਾ ਜਾਏ। ਸਤਿਗੁਰ ਕਿਰਪਾ ਕਰਦੇ ਨੇ ਨਾਮ ਧਨ ਐਸਾ ਹੈ ਸਾਧ ਸੰਗਤ ਜੀ ਇਹਨੂੰ ਨਾ ਤੇ ਕੋਈ ਚੋਰੀ ਕਰ ਸਕਦਾ ਹੈ ਨਾ ਕੋਈ ਵੰਡ ਸਕਦਾ ਹੈ ਨਾ ਇਹਨੂੰ ਕੋਈ ਖੋ ਸਕਦਾ ਹੈ। ਐਸਾ ਵੀ ਨਹੀਂ ਵੀ ਜੇ ਪਿਤਾ ਨੇ ਪੁੱਤਰ ਦੇ ਨਾਂ ਜ਼ਮੀਨ ਜਾਇਦਾਦ ਕਰਾ ਦਿੱਤੀ ਉਹ ਕਵੇ ਵੀ ਮੇਰਾ ਹੁਣ ਸਮਾਂ ਨੇੜੇ ਆ ਗਿਆ ਹੈ ਮੈਂ ਇੰਨਾ ਜਪਿਆ ਲੈ ਪੁੱਤਰਾ ਤੇ ਮੈਂ ਨਾ ਕਰਾ ਦਿੰਦਾ ਵਾਂ। ਐਸਾ ਵੀ ਨਹੀਂ ਜੇ ਜਪੇਗਾ ਇਹ ਉਸੇ ਦਾ ਹੈ। ਤਾਂ ਸਤਿਗੁਰੂ ਕਿਰਪਾ ਕਰਦੇ ਨੇ ਨਾਮ ਧਨ ਐਸਾ ਧਨ ਹੈ ਸਾਧ ਸੰਗਤ ਜੀ ਇਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਇਹਨੂੰ ਕੋਈ ਖੋ ਨਹੀਂ ਸਕਦਾ ਇਹਨੂੰ ਕੋਈ ਵੰਡ ਨਹੀਂ ਸਕਦਾ। ਚਾਤਰਕ ਮੋਰ ਬੋਲਤ ਦਿਨ ਰਾਤੇ ਸੁਣ ਘਨ ਹਰ ਕੀ ਘੋਰ। ਨਾਮ ਜਪਣ ਵਾਲਿਆਂ ਦੇ ਅੰਦਰ ਇਸ ਤਰ੍ਹਾਂ ਇੱਕ ਚਾਹ ਪੈਦਾ ਹੁੰਦਾ ਹੈ ਨਾਮ ਜਪਣ ਦਾ। ਸਾਧ ਸੰਗਤ ਕਰਨ ਵਾਲਿਆਂ ਦੇ ਅੰਦਰ ਇਸ ਤਰ੍ਹਾਂ ਸਾਧ ਸੰਗਤ ਕਰਨ ਦਾ ਚਾਹ ਪੈਦਾ ਹੁੰਦਾ ਹੈ ਜਿਵੇਂ ਪਪੀਹਾ ਸੁਵੰਤੀ ਬੂੰਦ ਨੂੰ ਲੋਚਦਾ ਉਹਦੀ ਤਾਂਘ ਹੁੰਦੀ ਹੈ। ਬੱਦਲ ਬਣਦੇ ਨੇ ਤੇ ਮੋਰ ਫਿਰ ਪਹਿਲਾਂ ਪਾਉਂਦਾ ਹੈ ਨੱਚਦਾ ਹੈ ਉਹਨੂੰ ਚਾਹ ਚੜ੍ਹਦਾ ਹੈ। ਸਾਹਿਬ ਕਹਿੰਦੇ ਨੇ ਠੀਕ ਇਸੇ ਪ੍ਰਕਾਰ ਜਿਹੜੇ ਜਗਿਆਸੂ ਨਾਮ ਜਪਣ ਵਾਲੇ ਨੇ ਸਿਫਤ ਸਲਾਹ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਇੱਕ ਚਾਹ ਪੈਦਾ ਹੁੰਦਾ ਮੈਂ ਬਾਣੀ ਪੜ੍ਹ ਲਵਾਂ ਮੈਂ ਬਾਣੀ ਪੜ੍ਹਨੀ ਹੈ ਮੈਂ ਨਾਮ ਜਪ ਲਵਾਂ ਮੇਰਾ ਨਾਮ ਸਿਮਰਨ ਨਾ ਰਹਿ ਜਾਵੇ ਮੈਂ ਸਾਧ ਸੰਗਤ ਕਰ ਲਵਾਂ ਮੇਰਾ ਸੰਗਤ ਦਾ ਕਿਤੇ ਨਾਗਾ ਨਾ ਪੈ ਜਾਵੇ। ਇਸ ਪ੍ਰਕਾਰ ਉਹਨਾਂ ਨੂੰ ਚਾਹ ਚੜ੍ਹਦਾ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਫਿਰ ਸਤਿਗੁਰੂ ਇਹ ਕਿਰਪਾ ਬਖਸ਼ਿਸ਼ ਕਰਦੇ ਨੇ ਜੋ ਵੀ ਆਪਾਂ ਸ੍ਰਿਸ਼ਟੀ ਦੇ ਅੰਦਰ ਸਾਧ ਸੰਗਤ ਜੀ ਵੇਖਨੇ ਆ ਮੱਛੀਆਂ ਹਿਰਨ ਪੰਛੀ ਜਾਨਵਰ ਹਰ ਕਿਸੇ ਦੇ ਵਿੱਚ ਪਰਮਾਤਮਾ ਦੀ ਜਿਹੜੀ ਤਾਕਤ ਉਹਦੀ ਸ਼ਕਤੀ ਉਹਦੀ ਸੱਤਿਆ ਕੰਮ ਕਰ ਰਹੀ ਹੈ। ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਅੰਦਰ ਹੈ ਨਾ ਇਹ ਓਨਾ ਚਿਰ ਇਹ ਘਾਟੇ ਸਰੀਰ ਬੋਲਦਾ ਹੈ। ਜਦੋਂ ਉਸ ਦੀ ਜੋਤ ਅੰਦਰੋਂ ਚਲੀ ਜਾਏ
फिर भावे कोई किड्डा भी सियाण है कोई बोल के नहीं विखा सकता। सब है कट राम बोलै रामा बोलै राम बिना को बोलै रे। सारियां दे विच रब दी होंद है। ये नहीं किया कि कल्ले बंदियां विच है। महाराज के बचन आप पढ़ते हैं ना जो उपजो सो बिणसै। उत्थे भी साहब ने यह नहीं किया भी मौत कल्ली बंदियां नूं आएगी दूजियां नूं नहीं आएगी। महाराज की बाणी के अंदर जिथे भी इस प्रकार जिक्र हुंदा है सारी जिहड़ी सृष्टि है उसकी गल आउंदी है तां सतगुरु कृपा करदे ने भावें मृगे मीने पंखेरू है सारियां दे विच परमात्मा जी तुहाडी जिहड़ी जोत है वह कम करदी है। जिचर तेरी जोत तिचर ज्योति विच तूं बोलै बिण ज्योति कोई किश बोलै करे। सियाणियो जोत तो बिना कोई बोल के गल करके नहीं विखा सकता। नानक जन हर कीरत गाई छूट गयो जमका सब शोर। अखीर साहब बख्शिश करते ने जेड़े परमात्मा दे जन बने उन्होंने परमात्मा की कीर्ति की नाम जपया ते जिन्होंने नाम जपया सत संगत जी उत्थे फिर जमा दा जेड़ा शोर है ना वह तंग नहीं करता। ना मौत का डर है ना जेड़ा जम का शोर है वह भी नहीं। जेड़ा शोर है वह की हुंदा है शोर दे विच डरावा हुंदा है रौला रप्पा हुंदा है गल कुछ भी नहीं है। सिख इतिहास अंदर सारा आपां इतिहास पढ़ के वेख लिए तरह तरह के समय आए पर किते भी ऐसा नहीं कि कोई डर गया होए कोई मौत तो डर गया है कोई सजा तो डर गया है। अनेक ही शहीदियां अनेक ही कुर्बानियां ने जेड़ा कोई ऐसा डर है गुरसिख नूं व्याप नहीं सकता पो नहीं सकता। क्यों? क्योंकि गुरसिख गुरबाणी पढ़ता है गुरसिख नाम जपता है। अनोखे अमर शहीद धन धन बाबा दीप सिंह साहब जी जदों सुनते ने किस प्रकार सारे सिंह नाल जांदे ने बाबा जी की शहादत हुंदी है। कोई भी सिख इतिहास का जिहड़ा जंग है युद्ध है लड़ाई आपां पढ़ के वेख लईए सिखां वाले पासे गिणती बहुत घट है ते जिहड़ा सामने वाला पासा उधर गिणती बहुत ज़्यादा है। पर ऐसा किते भी नहीं होएगा कि किते आवाज आई होए कि रहण दिओ आपां घाटां ते बहुत ज़्यादा ने। नहीं उत्थे किसे तरह का डर किस तरह का जिहड़ा शोर है वह तो व्याप ही नहीं सकता। धन धन बाबा दीप सिंह साहब जी नूं साध संगत जी शहीद होए इस करके शहीद नहीं किया जाता उन्होंने जिउंदे जी ही शहीद किया जाता सी। उसका एक कारण से जिहड़ी मिसल शहीदा है बाबा जी बाबा दीप सिंह साहब जी मिसल शहीदां दे मुखी सन। जिस वक्त मुगल सरकार खालसे नूं दबाउण विच नाकामयाब हो गई ते 1733 दे विच जकरिया खान ने संपर्क किया उसने जिहड़ी नवाबी 1 लख दी जागीर खिलत आदि ये खालसे दे नाल संपर्क किया सारा ते खालसे पंथ ने सरदार कपूर सिंह नूं नवाबी दे के ते अपना आगू मान लिया। कुछ समा सिखी विच ऐसा आया जदों कौम थोड़ी जी इस तरह हो गई सी। बाबा बंदा सिंह बहादुर की शहीदी हुंदी है तारा सिंह वान की शहीदी हुंदी है भाई मणि सिंह साहब जी शहीद हुंदे ने। उस तो बाद 1733-34-35-33 अंदर नवाबी आई ते 1734 दे विच सरदार कपूर सिंह जो कि नवाब कपूर सिंह बन गए उन्होंने सारिया जथेबंदियां कट्ठिया करके 1734 दे विच दो दल बना दिते बुढ़ा दल ते तरुणा दल। तरुणा दल दे अगे 5 जथे बना दिते हर जथे दा अपना नगारा ते अपना निशान सी। 1735 दे विच नवाबी वाला जिहड़ा समझौता वह टुट गया। जकरिया खान ने फिर उस तरह जुल्म शुरू कर दिते जिस प्रकार वह पहला करता सी। उसने जुल्म शुरू कर दिते जिस वक्त
1745 ਨੂੰ ਜਕਰੀਆ ਖਾਨ ਦੀ ਮੌਤ ਹੋ ਜਾਂਦੀ ਆ, ਪਾਪੀ ਨਰਕ ਸੁਧਾਰ ਜਾਂਦਾ। 1748 ਦੇ ਵਿੱਚ ਅਬਦਾਲੀ ਪਹਿਲਾ ਹਮਲਾ ਕਰਦਾ, ਸਿੱਖ 65 ਜਥਿਆਂ ਵਿੱਚ ਵੰਡੇ ਗਏ ਸਨ, 65 ਜਥਿਆਂ ਵਿੱਚ ਵੰਡੇ ਗਏ। 29 ਮਾਰਚ 1748 ਦੀ ਵਿਸਾਖੀ ਨੂੰ ਸਰਦਾਰ ਨਵਾਬ ਕਪੂਰ ਸਿੰਘ ਨੇ ਸਾਰੀਆਂ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਲਿਆ। ਅਕਾਲ ਤਖਤ ਸਾਹਿਬ ਤੇ ਬੁਲਾ ਕੇ ਇੱਕ ਸਾਂਝੀ ਜਥੇਬੰਦੀ ਦਾ ਨਾਂ ਦਿੱਤਾ ਦਲ ਖਾਲਸਾ, ਤੇ ਦਲ ਖਾਲਸਾ ਨੂੰ ਅੱਗੇ 12 ਜਥਿਆਂ ਵਿੱਚ ਵੰਡ ਦਿੱਤਾ, 12 ਮਿਸਲਾਂ ਦੇ ਵਿੱਚ ਵੰਡ ਦਿੱਤਾ। ਮਿਸਲ ਦੇ ਅਰਥ ਹੁੰਦੇ ਨੇ ਕਾਗਜ਼ਾਂ ਦੀ ਨੱਥੀ, ਇੱਕ ਫਾਈਲ, ਇੱਕ ਰਜਿਸਟਰ। ਸਾਧ ਸੰਗਤ ਜੇ ਸਾਰੀਆਂ ਜਥੇਬੰਦੀਆਂ ਨੂੰ ਇੱਕ ਸਾਂਝਾ ਨਾਂ ਦਲ ਖਾਲਸਾ ਦਿੱਤਾ ਅਤੇ ਪ੍ਰਬੰਧਕੀ ਸੁਵਿਧਾ ਨੂੰ ਵੇਖਦਿਆਂ ਉਹਨਾਂ ਨੂੰ 12 ਜਥਿਆਂ ਵਿੱਚ ਵੰਡ ਦਿੱਤਾ। ਜਥੇ ਸ਼ਬਦ ਦੀ ਥਾਂ 'ਤੇ ਹੌਲੀ ਹੌਲੀ ਕਰਕੇ ਜਿਹੜਾ ਮਿਸਲ ਸ਼ਬਦ ਸੀ ਇਹਨੇ ਜਥੇ ਦੀ ਥਾਂ ਲੈ ਲਈ। ਆਪਾਂ ਸਿੱਖ ਇਤਿਹਾਸ ਵਿੱਚ ਫਿਰ ਕਹਿੰਦੇ ਹਾਂ 12 ਮਿਸਲਾਂ, ਜਿਹੜੀਆਂ 12 ਮਿਸਲਾਂ ਬਣਾਈਆਂ, ਆਲੂ ਵਾਲੀਆਂ ਦੀ ਮਿਸਲ, ਸ਼ਹੀਦਾਂ ਦੀ ਮਿਸਲ, ਸ਼ੁਕਰ ਚੱਕੀਆਂ ਦੀ ਮਿਸਲ, ਕਨਈਆਂ ਦੀ ਮਿਸਲ, ਕਰੋੜੀਆਂ ਦੀ ਮਿਸਲ, ਡੱਲੇ ਵਾਲੀਆਂ ਦੀ ਮਿਸਲ, ਨਕਈਆਂ ਦੀ ਮਿਸਲ, ਫੂਲਕੀਆਂ ਦੀ ਮਿਸਲ, ਨਿਸ਼ਾਨ ਵਾਲੀਆਂ ਦੀ ਮਿਸਲ, ਭੰਗੀਆਂ ਦੀ ਮਿਸਲ, ਰਾਮਗੜੀਆਂ ਦੀ ਮਿਸਲ, ਇਹ ਮਿਸਲਾਂ ਬਣਾਈਆਂ। ਅਤੇ ਮਿਸਲ ਸ਼ਹੀਦਾਂ ਇਹਦੇ ਮੁਖੀ ਸਨ ਬਾਬਾ ਦੀਪ ਸਿੰਘ ਸਾਹਿਬ ਜੀ। ਮੈਂ ਬੇਨਤੀ ਇਹ ਕਰ ਰਿਹਾ ਸਾਂ, ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਜਿਉਂਦੇ ਜੀ ਹੀ ਸ਼ਹੀਦ ਕਿਹਾ ਜਾਂਦਾ ਸੀ। ਸ਼ਹੀਦੀ ਤੋਂ ਬਾਅਦ ਤਾਂ ਚਲੋ ਸ਼ਹੀਦ ਹੈ ਹੀ ਨੇ, ਉਹਦਾ ਕਾਰਨ ਇਹ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਦੇ ਮੁਖੀ ਨੇ। ਅੱਗੇ ਸਮਾਂ ਆਪਣੀ ਚਾਲੇ ਚੱਲਦਾ ਹੈ। ਸਰਦਾਰ ਨਵਾਬ ਕਪੂਰ ਸਿੰਘ ਨੇ 1733 ਤੋਂ ਲੈ ਕੇ 1753 ਤੱਕ 20 ਸਾਲ ਕੌਮ ਦੀ ਅਣਥੱਕ ਸੇਵਾ ਕੀਤੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਇਹਨਾਂ ਨੇ ਪੁੱਤਰਾਂ ਦੇ ਵਾਂਗ ਪਾਲਿਆ, ਅਤੇ ਅਕਾਲ ਤਖਤ ਸਾਹਿਬ 'ਤੇ ਜਿਹੜਾ ਮਿਸਲਾਂ ਦਾ ਰਿਕਾਰਡ ਸੀ ਉਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੋਲ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਘੋੜਿਆਂ ਨੂੰ ਦਾਣਾ ਪਾਉਂਦੇ ਹੁੰਦੇ ਸਨ, ਅਤੇ ਜਿਸ ਦਿਨ ਨਵਾਬੀ ਲੱਗੇ ਨਾ ਦੇਣ, ਨਵਾਬ ਕਪੂਰ ਸਿੰਘ ਜੀ ਨੇ ਕਿਹਾ ਸੀ ਇਹ ਤਾਂ ਠੀਕ ਹੈ ਜੋ ਪੰਥ ਕਰ ਰਿਹਾ, ਕੱਲ੍ਹ ਨੂੰ ਤੁਸੀਂ ਇਹ ਨਾ ਕਿਹਾ ਜੇ ਵੀ ਤੂੰ ਸਾਡਾ ਸਿੱਖਾਂ ਦਾ ਨਵਾਬ ਹੈ, ਘੋੜਿਆਂ ਦੀ ਲਿੱਦ ਚੁੱਕਣਾ ਤਾਂ ਸਾਨੂੰ ਸ਼ਰਮ ਆਉਂਦੀ ਹੈ, ਮੈਂ ਆਪਣੀ ਸੇਵਾ ਨਹੀਂ ਛੱਡਣੀ, ਮੈਂ ਘੋੜਿਆਂ ਦੀ ਲਿੱਦ ਉਸੇ ਤਰ੍ਹਾਂ ਚੁੱਕਾਂਗਾ ਜਿਵੇਂ ਮੈਂ ਪਹਿਲਾਂ ਸੇਵਾ ਕਰਨਾ। ਤਾਂ ਸਾਧ ਸੰਗਤ ਜੀ, ਇਸ ਪ੍ਰਕਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮਿਸਲ ਸ਼ਹੀਦਾਂ ਦੇ ਮੁਖੀ ਹੋਣ ਕਰਕੇ ਉਹਨਾਂ ਨੂੰ ਜਿਉਂਦੇ ਜੀ ਹੀ ਸ਼ਹੀਦ ਕਿਹਾ ਜਾਂਦਾ ਸੀ। ਮਿਸਲਾਂ ਇਸ ਪ੍ਰਕਾਰ ਬਣੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਹੈ, ਤਰ੍ਹਾਂ ਤਰ੍ਹਾਂ ਦੇ ਸਿੱਖੀ ਤੇ ਸਮੇਂ ਆਏ। ਮੀਰ ਮਨੂ ਨੇ ਇਹਨਾਂ ਸਮਿਆਂ ਦੌਰਾਨ ਹੀ ਜ਼ੁਲਮ ਕੀਤੇ ਸਨ। ਉਸ ਦੀ ਜੇਲ੍ਹ ਦੇ ਅੰਦਰ ਕੀ ਕਰਦਾ ਸੀ, ਜਿਹੜੀ ਕਣਕ, ਜਿਹੜੇ ਦਾਣੇ ਬੀਬੀਆਂ ਪੀਸਦੀਆਂ ਸਨ, ਪਿਆਂਦਾ ਸੀ ਨਾ, ਅਤੇ ਕਣਕ ਗਿੱਲੀ ਕਰ ਦਿੰਦਾ ਹੁੰਦਾ ਸੀ। ਇਹਨਾਂ ਨੂੰ ਵੱਧ ਤੋਂ ਵੱਧ ਕਸ਼ਟ ਦੇਣਾ, ਵੱਧ ਤੋਂ ਵੱਧ ਦੁੱਖ ਦੇਣਾ, ਕਿਸੇ ਤਰ੍ਹਾਂ ਇਹ ਕਹਿਣ ਵੀ ਅਸੀਂ ਹਾਰ ਗਈਆਂ ਵਾਂ, ਅਸੀਂ ਥੱਕ ਗਈਆਂ। ਪਰ ਉਹ ਸ਼ਾਮ ਨੂੰ ਅਰਦਾਸ ਕਰਦੀਆਂ ਹੁੰਦੀਆਂ ਸਨ ਸਿੱਖ ਬੀਬੀਆਂ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਚਾਰ ਪੈਰ ਦਿਨ ਆਇਆ, ਸੁੱਖਾਂ ਦਾ ਬਤੀਤ ਹੋਇਆ, ਰਹਿਣ ਆਈਏ, ਆਪਣੇ ਭਾਣੇ ਅੰਦਰ ਬਤੀਤ ਕਰਵਾ ਲੈਣੀ। ਅਰਦਾਸ ਅੰਦਰ ਆਪਾਂ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖ ਨਿੱਤ ਆਪਣੇ ਸ਼ਹੀਦਾਂ ਨੂੰ, ਆਪਣੇ ਸੂਰਮਿਆਂ ਨੂੰ ਅਰਦਾਸ ਦੇ ਅੰਦਰ ਯਾਦ ਕਰਦਾ ਹੈ। ਤਾਂ ਜਿਹੜਾ ਮੀਰ ਮਨੂ ਸੀ ਉਹਨੇ ਬੜੇ ਯਤਨ ਕੀਤੇ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ ਸਿੱਖਾਂ ਨੂੰ ਖਤਮ ਕਰ ਦਿਆਂ। ਅੰਮ੍ਰਿਤਸਰ ਸਾਹਿਬ ਤੋਂ ਜਦੋਂ ਲਾਹੌਰ ਨੂੰ ਜਾਈਏ ਤਾਂ ਰਾਹ ਵਿੱਚ ਇੱਕ ਪਿੰਡ ਹੈ ਮਲਕਪੁਰ, ਉੱਥੇ ਇਹਨੇ ਚੌਂਕੀ ਬਣਾਈ ਸੀ। ਖਵਾਜਾ ਮਿਰਜ਼ਾ ਉੱਥੋਂ ਦਾ ਇੰਚਾਰਜ ਸੀ। ਚੌਂਕੀ ਵਿੱਚ ਬੈਠਾ ਤਾਂ ਕਿਸੇ ਨੇ ਆ ਕੇ ਦੱਸਿਆ ਵੀ ਨੇੜੇ ਹੀ ਕਮਾਦ ਹੈ ਅਤੇ ਕਮਾਦ ਵਿੱਚ ਸਿੱਖ ਲੁਕੇ ਨੇ। ਖਵਾਜਾ ਮਿਰਜ਼ਾ ਨੇ ਕਿਹਾ ਮੈਂ ਜਾਂਦਾ। ਮੀਰ ਮਨੂ ਕਹਿਣ ਲੱਗਾ ਨਹੀਂ, ਮੈਂ ਆਪ ਜਾਂਦਾ, ਮੈਂ ਲੱਭ ਕੇ ਸਿੱਖਾਂ ਨੂੰ ਆਪ ਇਕੱਲੇ ਇਕੱਲੇ ਨੂੰ ਕਰਕੇ ਮਾਰਨਾ।
जिस वक्त गया ते सिखा ने कमाद दे विच अंदर ही अंदर फिर के वेख्या भी मीरमनू केड़े पासे है, क्योंकि ऐसा हुंदा सी जेकर आगू मर जांदा ते सारी फौज भज जांदी सी, ते जेकर आगू खड़ा भावें एक सिपाही रह गया उनू लड़ना पैगा जिन्ना समा अजे आगू खड़ा है। ये घोड़े ते बड़ा अवेसला होके बैठा सी, सिखा ने भाल करके अंदर ही अंदर एकदम गोलियां चलाईया, घोड़े तो डिग पिया, पैर रकाब विच फस गया, घोड़ा भजदा है, मीर मनू पापी घोड़े दे पैरां नाल वजदा है। इस प्रकार तड़फ तड़फ के 4 नवंबर 1753 नूं इह पापी नरक सधार जांदा है। इस समय तो बाद साध संगत जी फिर जिहड़ा अबदाली चौथा हमला करदा है हरिमंदर साहब ते, उहने जो कीता बाबा दीप सिंह साहब जी जांदे ने उत्थे, फिर होर नाल अनेकां गुरु के प्यारे शहीद हुंदे ने। तां मैं बेनती कर रिहा सां जो नाम जपदे ने बाणी पढ़दे ने उत्थे ना ते जमां दा शोर तंग करदा है ते ना उत्थे मौत दा जिहड़ा डर है उह सतांदा है उह तंग करदा है। तां सतगुरु कृपा करदे ने रहाउ दी तुक अंदर हर जन बोलत श्री राम नामा, मिल साध संगत हर तौर। जिन्हां ने साध संगत विच आ के परमात्मा दा नाम जपिया, सिमरन कीता, सिफतों सलाह कीती, उन्हां नूं ना मौत दा डर है ना जमा दा डर है। सतगुरु कृपा करन, गुरसिख साध संगत करे, नाम बाणी नाल जुड़े, खंडे बाटे दी पौ लै के गुरु वाले बन के अपना जिहड़ा जीवन है वह जीविए। सो आओ सभना ने रसना पवित्र करनी है जी, कोई भी रसना वांझी ना रहे। श्री हर कृष्ण त्याईए, श्री हर कृष्ण त्याईए, जिस डिठे सब दुख जाए, जिस डिठे सब दुख जाए, तेग बहादुर सिमरिए, तेग बहादुर सिमरिए, कर नौ निध आवै ताए, कर नौ निध आवै ताए, सब थाई होए सहाए, सब थाई होए सहाए, श्री हर कृष्ण त्याईए, श्री हर कृष्ण त्याईए, जिस डिठे सब दुख जाए, जिस डिठे सब दुख जाए, भुला चुका दी खिमा कोटान कोट धनवाद तन तन। श्री गुरु ग्रंथ साहिब जी महाराज जी का, प्रबंधक कमेटी का, गुरु घर के समुचे स्टाफ, हैड ग्रंथी साहब जी का, आप सब संगतान का सभना का धनवाद। वाहिगुरु जी का खालसा, वाहिगुरु जी की फतेह।